ਮੈਂ ਗੁਰੂ ਗ੍ਰੰਥ ਸਾਹਿਬ ਉੱਤੇ ਅਕੀਦਾ ਰੱਖਦਾ ਹਾਂ। ਹੋਰ ਵੀ ਬਹੁਤ ਸਾਰੇ ਲੋਕ ਹਨ ਜੋ ਗੁਰੂ ਗ੍ਰੰਥ ਸਾਹਿਬ ਉੱਤੇ ਅਕੀਦਾ ਰੱਖਦੇ ਹਨ। ਦੂਜੇ ਪਾਸੇ ਇਸ ਤੋਂ ਕਈ ਸੌ ਗੁਣਾ ਜ਼ਿਆਦਾ ਲੋਕ ਐਸੇ ਵੀ ਹਨ ਜੋ ਗੁਰੂ ਗ੍ਰੰਥ ਸਾਹਿਬ ਉੱਤੇ ਅਕੀਦਾ ਨਹੀਂ ਰੱਖਦੇ। ਐਸੇ ਲੋਕ ਹਨ ਜੋ ਗੁਰੂ ਗ੍ਰੰਥ ਸਾਹਿਬ ਉੱਤੇ ਅਕੀਦਾ ਰੱਖਦੇ ਹਨ, ਪਰ ਇਸ ਦੇ ਬਾਵਜੂਦ ਮੈਂ ਉਹਨਾਂ ਨਾਲ ਬਹੁਤ ਸਾਰੇ ਵਿਚਾਰਾਂ ਬਾਰੇ ਮਤਭੇਦ ਰੱਖਦਾ। ਗੁਰੂ ਗ੍ਰੰਥ ਸਾਹਿਬ ਦੇ ਕਈ ਸ਼ਬਦਾਂ ਜਾਂ ਕਈ ਪੰਕਤੀਆਂ ਦੇ ਅਰਥਾਂ ਨੂੰ ਲੈ ਕੇ ਮੇਰੇ ਉਹਨਾਂ ਬਾਰੇ ਮਤਭੇਦ ਹੋ ਸਕਦੇ ਹਨ। ਗੁਰਬਾਣੀ ਸਿਧਾਂਤਾਂ ਨੂੰ ਲੈ ਕੇ ਮੇਰੇ ਉਹਨਾਂ ਨਾਲ ਮਤਭੇਦ ਹੋ ਸਕਦੇ ਹਨ। ਹੋਰ ਵੀ ਕਈ ਮੁੱਦਿਆਂ ਉੱਤੇ ਮਤਭੇਦ ਹੋ ਸਕਦੇ ਹਨ। ਦੂਜੇ ਪਾਸੇ ਐਸੇ ਬਹੁਤ ਹੀ ਜ਼ਿਆਦਾ ਲੋਕ ਹਨ ਜਿਹੜੇ ਗੁਰੂ ਗ੍ਰੰਥ ਸਾਹਿਬ ਉੱਤੇ ਅਕੀਦਾ ਨਹੀਂ ਰੱਖਦੇ। ਇਸ ਦੇ ਬਾਵਜੂਦ ਉਹਨਾਂ ਦੇ ਕਈ ਵਿਚਾਰਾਂ ਨਾਲ ਮੈਂ ਸਹਿਮਤ ਹੋ ਸਕਦਾ। ਇਤਿਹਾਸ ਦੇ ਕਈ ਪਾਤਰ ਐਸੇ ਹਨ ਜਿਹੜੇ ਕਿਸੇ ਇੱਕ ਗਰੁੱਪ ਲਈ ਨਾਇਕ ਜਾਂ ਹੀਰੋ ਹਨ ਅਤੇ ਦੂਜੇ ਕਿਸੇ ਗਰੁੱਪ ਲਈ ਉਹ ਖਲਨਾਇਕ ਹਨ, ਵਿਲੇਨ। ਐਸਾ ਸਿਰਫ ਕਿਸੇ ਇੱਕ ਹੀ ਧਰਮ ਵਿੱਚ, ਕਿਸੇ ਇੱਕ ਹੀ ਕੌਮ ਵਿੱਚ ਜਾਂ ਕਿਸੇ ਇੱਕ ਹੀ ਦੇਸ਼ ਵਿੱਚ ਹੋਵੇ, ਐਸਾ ਨਹੀਂ। ਬਹੁਤ ਸਾਰੇ ਧਰਮਾਂ ਵਿੱਚ, ਬਹੁਤ ਸਾਰੀਆਂ ਕੌਮਾਂ ਵਿੱਚ, ਬਹੁਤ ਸਾਰੇ ਦੇਸ਼ਾਂ ਵਿੱਚ ਐਸੇ ਵਿਅਕਤੀ ਹਨ ਜਿਹੜੇ ਕਿਸੇ ਇੱਕ ਧਿਰ ਲਈ ਨਾਇਕ ਜਾਂ ਹੀਰੋ ਹਨ ਅਤੇ ਦੂਜੀ ਧਿਰ ਲਈ ਖਲਨਾਇਕ, ਵਿਲੇਨ ਹਨ। ਅੱਜ ਦੇ ਸਮੇਂ ਵਿੱਚ ਵੀ ਬਹੁਤ ਸਾਰੇ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਰਹਿਨੁਮਾ ਐਸੇ ਹਨ, ਆਗੂ ਐਸੇ ਹਨ ਜਿਹੜੇ ਆਪਣੇ ਹੀ ਧਰਮ ਦੇ ਲੋਕਾਂ ਵਿੱਚ ਕਿਸੇ ਇੱਕ ਧਿਰ ਲਈ ਨਾਇਕ ਜਾਂ ਹੀਰੋ ਹਨ ਅਤੇ ਦੂਜੀ ਧਿਰ ਲਈ ਖਲਨਾਇਕ। ਨਰਿੰਦਰ ਮੋਦੀ ਹਿੰਦੂਆਂ ਦੀ ਕਿਸੇ ਇੱਕ ਧਿਰ ਲਈ ਨਾਇਕ ਹਨ ਅਤੇ ਹਿੰਦੂਆਂ ਦੀ ਹੀ ਕਿਸੇ ਦੂਜੀ ਧਿਰ ਲਈ ਉਹ ਨਾਇਕ ਨਹੀਂ ਹਨ। ਪ੍ਰਕਾਸ਼ ਸਿੰਘ ਬਾਦਲ ਸਿੱਖਾਂ ਦੀ ਇੱਕ ਧਿਰ ਲਈ ਨਾਇਕ ਸਨ ਅਤੇ ਸਿੱਖਾਂ ਦੀ ਹੀ ਕਿਸੇ ਹੋਰ ਧਿਰ ਲਈ ਨਾਇਕ ਨਹੀਂ ਸਨ। ਜ਼ਾਕਿਰ ਨਾਇਕ ਮੁਸਲਮਾਨਾਂ ਦੀ ਹੀ ਇੱਕ ਧਿਰ ਲਈ ਨਾਇਕ ਹਨ ਅਤੇ ਕਿਸੇ ਹੋਰ ਧਿਰ ਲਈ ਉਹ ਨਾਇਕ ਨਹੀਂ ਹਨ। ਸਾਰੇ ਸਮਾਜਾਂ ਵਿੱਚ, ਸਾਰੇ ਲੋਕਾਂ ਵਿੱਚ, ਸਾਰੀਆਂ ਕੌਮਾਂ ਵਿੱਚ ਵਿਚਾਰਾਂ ਦੇ ਇਹ ਵੱਖਰੇਵੇਂ ਹੁੰਦੇ ਹੀ ਹਨ। ਇਹ ਵੱਖਰੇਵੇਂ ਧਾਰਮਿਕ ਵੀ ਹੁੰਦੇ ਹਨ, ਰਾਜਨੀਤਿਕ ਵੀ ਹੁੰਦੇ ਹਨ, ਸਮਾਜਿਕ ਵੀ ਹੁੰਦੇ ਹਨ, ਆਰਥਿਕ ਵੀ ਹੁੰਦੇ ਹਨ ਅਤੇ ਸੱਭਿਆਚਾਰ ਨੂੰ ਲੈ ਕੇ ਵੀ ਵੱਖਰੇਵੇਂ ਹੁੰਦੇ ਹਨ। ਜੇ ਸਾਡੇ ਕਿਸੇ ਵਿਅਕਤੀ ਨਾਲ ਧਾਰਮਿਕ ਵਿਚਾਰਧਾਰਕ ਜਾਂ ਰਾਜਨੀਤਿਕ ਵਿਚਾਰਧਾਰਕ ਵੱਖਰੇਵੇਂ ਹਨ, ਤਦ ਸਾਨੂੰ ਉਸ ਨਾਲ ਕੀ ਸਲੂਕ ਕਰਨਾ ਚਾਹੀਦਾ? ਜੇ ਸਾਡੇ ਕਿਸੇ ਵਿਅਕਤੀ ਨਾਲ ਸਮਾਜਿਕ ਵਿਚਾਰਧਾਰਕ ਮਤਭੇਦ ਜਾਂ ਆਰਥਿਕ ਕਾਰਨਾਂ ਕਰਕੇ ਮਤਭੇਦ ਹਨ, ਤਾਂ ਸਾਨੂੰ ਉਸ ਨਾਲ ਕੀ ਸਲੂਕ ਕਰਨਾ ਚਾਹੀਦਾ? ਜੇ ਕਿਸੇ ਵਿਅਕਤੀ ਨਾਲ ਸਾਡੇ ਸੱਭਿਆਚਾਰ ਕਰਕੇ ਮਤਭੇਦ ਹਨ, ਤਾਂ ਸਾਨੂੰ ਉਸ ਨਾਲ ਕੀ ਸਲੂਕ ਕਰਨਾ ਚਾਹੀਦਾ? ਹੁਣ ਇਸ ਬਾਰੇ ਦੂਜੇ ਤਰੀਕੇ ਨਾਲ ਵੀ ਵਿਚਾਰ ਕਰੋ। ਜੇ ਕਿਸੇ ਦੇ, ਕਿਸੇ ਹੋਰ ਵਿਅਕਤੀ ਦੇ ਸਾਡੇ ਨਾਲ ਧਾਰਮਿਕ ਵਿਚਾਰਧਾਰਕ ਜਾਂ ਰਾਜਨੀਤਿਕ ਵਿਚਾਰਧਾਰਕ ਵੱਖਰੇਵੇਂ ਹਨ, ਤਦ ਉਸ ਨੂੰ ਸਾਡੇ ਨਾਲ ਕੀ ਸਲੂਕ ਕਰਨਾ ਚਾਹੀਦਾ?
ਜੇ ਕਿਸੇ ਦੇ ਸਾਡੇ ਨਾਲ ਸਮਾਜਿਕ ਜਾਂ ਆਰਥਿਕ ਕਾਰਨਾਂ ਕਰਕੇ ਮਤਭੇਦ ਹਨ ਤਾਂ ਉਸ ਨੂੰ ਸਾਡੇ ਨਾਲ ਕੀ ਸਲੂਕ ਕਰਨਾ ਚਾਹੀਦਾ। ਜੇ ਕਿਸੇ ਦੇ ਸਾਡੇ ਨਾਲ ਸੱਭਿਆਚਾਰ ਕਰਕੇ ਮਤਭੇਦ ਹਨ ਤਦ ਉਸਨੂੰ ਸਾਡੇ ਨਾਲ ਕੀ ਸਲੂਕ ਕਰਨਾ ਚਾਹੀਦਾ। ਕਿਸੇ ਨਾਲ ਕਿਸੇ ਵੀ ਪ੍ਰਕਾਰ ਦਾ ਵਖਰੇਵਾਂ ਹੋਣ ਦੀ ਹਾਲਤ ਵਿੱਚ ਜਿਹੜਾ ਸਲੂਕ ਅਸੀਂ ਉਸ ਨਾਲ ਕਰਦੇ ਹਾਂ ਜਾਂ ਕਰਨਾ ਚਾਹੁੰਦੇ ਹਾਂ ਤਦ ਉਹੀ ਸਲੂਕ ਸਾਡੇ ਨਾਲ ਵੀ ਹੋ ਸਕਦਾ। ਉਸ ਹਾਲਤ ਵਿੱਚ ਆਪਣੇ ਆਪ ਨੂੰ ਵਿਕਟਮ ਕਹਿਣਾ ਜਾਂ ਮਜ਼ਲੂਮ ਕਹਿਣਾ ਆਪਣੇ ਆਪ ਦੀ ਹੀ ਜੱਗ ਹਸਾਈ ਕਰਾਉਣਾ। ਵਿਚਾਰਾਂ ਦੇ ਮਤਭੇਦ, ਵਿਚਾਰਾਂ ਦੇ ਵਖਰੇਵੇਂ ਕਦੇ ਵੀ ਮਨ ਮੁਟਾਉ, ਗਾਲੀ ਗਲੋਚ ਜਾਂ ਫਸਾਦ ਦੀ ਵਜ੍ਹਾ ਨਹੀਂ ਬਣਨੇ ਚਾਹੀਦੇ। ਵੈਸੇ ਵੀ ਮਨ ਮੁਟਾਉ, ਗਾਲੀ ਗਲੋਚ ਜਾਂ ਫਸਾਦ ਨਾਲ ਵਿਰੋਧੀ ਵਿਚਾਰਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ।